ਕਿ ਤੁਹਾਨੂੰ ਕਹਿੰਦੇ ਵੀ ਜਿਹੜੀ ਸਾਡੀ ਜਗ੍ਹਾ ਵਿੱਚ ਦੋ ਦੋ ਤਿੰਨ ਤਿੰਨ ਕਨਾਲਾਂ ਆਸੀ ਕਿੱਥੇ ਲੈ ਕੇ ਜਾਣੀ ਆ ਵੀ ਅਸੀਂ ਜੇ ਲੈ ਵੀ ਜਾਵਾਂਗੇ ਇੱਥੇ ਬਾਹਲੇ ਮੁਲਕ ਆ ਕੇ ਉਹਦਾ ਕੀ ਬੱਟੀ ਦਾ ਵੀ ਤੂੰ ਸਾਰੀ ਵੀ ਰੱਖ ਲੈ ਫਿਰ ਅਸੀਂ ਉਹ ਕਰੀਬ 1.5 ਕਿੱਲਾ ਜ਼ਮੀਨ ਸੀ ਜੀ ਉਹਦਾ 99 ਸਾਲਾ ਪਟਾ ਨੁਕਤਾ ਦੀ ਸੇਵਾ ਦੇ ਨਾਂ ਤੇ ਰਜਿਸਟਰੀ ਕਰਾ ਕੇ ਫਿਰ ਉਹਦੇ ਚ ਅਸੀਂ 2018 ਚ ਤੁਹਾਡੇ ਪਿੰਡ ਦੇ ਵਿੱਚ ਬਣਿਆ ਹੋਇਆ ਤੁਹਾਡੀ ਆਪਣੀ ਜ਼ਮੀਨ ਮੈਂ ਥੋੜਾ ਜਿਹਾ ਹੋਰ ਬਾਕੀ ਮੈਂ ਆਪਣੇ ਜਿਹੜੇ ਨਿਊਜ਼ ਰੂਮ ਦੇ ਸਾਥੀ ਨੇ ਉਹਨਾਂ ਤੋਂ ਸਵਾਲ ਲਵਾਂਗਾ ਥੋੜਾ ਜਿਹਾ ਆਪਣਾ ਪਿਛੋਕੜ ਦੱਸ ਦੋ ਕਿ ਤੁਸੀਂ ਥੋੜਾ ਜਿਹਾ ਦੱਸਿਆ ਵੀ ਹੈ ਫਾਈਨੈਂਸ਼ਲੀ ਕਿਸ ਤਰੀਕੇ ਦਾ ਪਰਿਵਾਰ ਰਿਹਾ ਤੁਹਾਡਾ ਬਚਪਨ ਕਿਸ ਤਰੀਕੇ ਦਾ ਰਿਹਾ ਤੁਹਾਡੀ ਸਟੱਡੀ ਕਿਸ ਤਰੀਕੇ ਨਾਲ ਰਹੀ ਹੈ ਲੋਕੇ ਵੀ ਜਾਨਣਾ ਚਾਹੁੰਦੇ ਨੇ ਮੈਂ ਉਸ ਤੋਂ ਵੀ ਵੱਡਾ ਸਵਾਲ ਪੁੱਛਾਂ ਤੁਸੀਂ ਆਪਣੇ ਫਾਦਰ ਬਾਰੇ ਦੱਸ ਹੀ ਦਿੱਤਾ ਤੁਹਾਡੇ ਮਦਰ ਤੁਹਾਡੇ ਨਾਲ ਰਹਿੰਦੇ ਆ ਉਹ ਵੀ ਲੋਕ ਜਾਨਣਾ ਚਾਹੁੰਦੇ ਹੋਣਗੇ ਕਿ ਆਮ ਤੌਰ ਤੇ ਹੁੰਦਾ ਹੈ ਕਿ ਤੁਸੀਂ ਕਿਸੇ ਜਗ੍ਹਾ ਜਾ ਕੇ ਸੇਵਾ ਕਰ ਲੈਨੇ ਹੋ ਪਰ ਤੁਹਾਡੇ ਤੋਂ ਕਰਸੇ ਵਾਣੀ ਹੁੰਦੀ ਇਹ ਬਹੁਤ ਲੋਕਾਂ ਦੇ ਜ਼ਹਿਨ ਦੇ ਵਿੱਚ ਹੁੰਦਾ ਥੋੜਾ ਜਿਹਾ ਉਹਦੇ ਬਾਰੇ ਜਾਣਨਾ ਪਾਓ ਕਿ ਜਿਸ ਜਿਸ ਸ਼ਖਸ ਨੂੰ ਅੱਜ ਕਿਹਾ ਜਾ ਰਿਹਾ ਕਿ ਉਹ ਹਰ ਕਿਸ ਦੀ ਸੇਵਾ ਕਰ ਲੈਂਦਾ ਕੋਈ ਵੀ ਬਿਮਾਰ ਹੋਵੇ ਕਿਸੇ ਵੀ ਸਥਿਤੀ ਦੇ ਵਿੱਚ ਹੋਵੇ ਉਹਨੇ ਆਪਣਾ ਟੱਬਰ ਸੰਭਾਲ ਲਿਆ ਜੀ ਮੇਰਾ ਜੀ ਵੈਗੁਰ ਜੀ ਦੀ ਕਿਰਪਾ ਨਾਲ ਮੈਂ ਨਾ ਅਸੀਂ ਤਿੰਨ ਭਰਾ ਸੀ ਹਮ ਡੇਢ ਕਿੱਲਾ ਜ਼ਮੀਨ ਸੀ ਸਾਡੇ ਕੋਲੇ ਸਾਡਾ ਫਾਦਰ ਸਾਹਿਬ ਫੌਜ ਚ ਰਿਟਾਇਰ ਸੀਗੇ ਹਮ ਅਸੀਂ ਤਿੰਨਾਂ ਨੂੰ ਮਾਂ ਪਾਲ ਨਹੀਂ ਸਕਦੇ ਸੀ ਮੈਨੂੰ ਨਾਨਕਿਆ ਨੇ ਰੱਖ ਲਿਆ ਸੀ ਮੇਰੇ ਮਾਮਾ ਜੀ ਨੇ ਮੇਰੇ ਮਾਮਾ ਜੀ 1985 86 ਦੇ ਵਿੱਚ ਪੋਲੀਟੀਕਲ ਲੀਡਰ ਸੀ ਸ਼ੋਮਨੀ ਕਮੇਟੀ ਐ ਜੀ ਪੀ ਸੀ ਦੇ ਅੰਤਰਿਕ ਕਮੇਟੀ ਦੇ ਮੈਂਬਰ ਸੀਗੇ ਐ ਜੀਪੀਸੀ ਮੈਂਬਰ ਸੀ ਜਗਰਾਉਂ ਤੋਂ ਹਰਜਿੰਦਰ ਸਿੰਘ ਚੇਅਰਮੈਨ ਉਹਨਾਂ ਦੀ ਡੈਥ ਹੋ ਗਈ ਸੀਗੀ 89 ਦੇ ਵਿੱਚ ਮੈਂ ਉਸ ਘਰ ਚ ਪਲਿਆ ਜਿੱਥੇ ਸਾਰਾ ਕੁਝ ਸੀ ਜੀ ਵੱਡੀ ਕੋਠੀ ਸਭ ਕੁਝ ਕਾਰਾਂ ਟੈਲੀਫੋਨ ਸੀ ਨਹੀਂ ਤੁਹਾਡੇ ਘਰ ਸੀ ਮਾਮੇ ਵਾਲੇ ਨਾ ਕਿਉਂਕਿ ਮੈਂ ਉੱਥੇ ਜੰਮਿਆ ਸੀ ਮੈਨੂੰ ਉਹਨਾਂ ਨੇ ਅਡਾਪਟ ਕਰ ਲਈ ਰੱਖ ਲਿਆ ਸੀਗੇ ਦੋ ਪੁੱਤ ਮੇਰੇ ਛੋਟੇ ਭਰਾ ਦੋਨੇ ਮੰਮੀ ਪਾਪਾ ਕੋਲੇ ਸੀ ਮੈਂ ਨਾਨਕੀ ਸੀਗਾ ਜੀ ਮੈਂ ਉੱਥੇ ਪਲਿਆ ਉੱਥੇ ਹੀ ਪੜਿਆ ਕੋਠੇ ਰਾਲਾਂ ਜਗਰਾਉਂ ਨਾਨਕੇ ਆ ਮੇਰੇ ਉੱਥੇ ਸਕੂਲ ਮਿਡਲ ਸਕੂਲ ਚ ਪਹਿਲਾਂ 8ਵੀਂ ਤੱਕ ਰਪਿੰਡ ਦੇ ਪਿੰਡ ਚ ਪੜਿਆ ਸੀਨੀਅਰ ਸਕੰਟਰੀ ਦੇ ਵਿੱਚ ਜਾ ਕੇ ਫਿਰ ਮੈਂ 10ਵੀਂ ਕੀਤੀ 10ਵੀਂ ਤੋਂ ਬਾਅਦ ਨਹੀਂ ਮੈਂ ਪੜਿਆ ਜੀ ਖੇਤੀਬਾੜੀ ਕਰਨ ਲੱਗ ਕੇ ਪਿੰਡ ਚ ਘਰ ਦੀ ਖੇਤੀ ਸੀ ਮਾਮਿਆਂ ਦੀ ਜਦੋਂ 99 ਦੇ 8 ਦੇ ਵਿੱਚ ਪਾਪਾ ਬਿਮਾਰ ਹੋਏ ਮੈਂ ਉਦੋਂ ਪਿੰਡ ਫਿਰ ਵਾਪਸ ਆਇਆ ਕਿਉਂਕਿ ਵੱਡੇ ਹੋਣ ਦੇ ਨਾਤੇ ਛੋਟੇ ਭਰਾ ਪੜਦੇ ਸੀ ਜ਼ਿੰਮੇਵਾਰੀ ਮੇਰੀ ਸੀਗੀ ਪਾਪਾ ਨੂੰ ਆ ਕੇ ਸਾਹਮਣਾ ਉਸ ਤੋਂ ਪਹਿਲਾਂ ਮੈਂ ਨਾਨਕੀ ਰਿਆ ਮੇਰੇ ਵੱਡੇ ਭਾਈ ਸਾਹਿਬ ਮਾਮਾਈ ਦੇ ਬੇਟੇ ਪਿੰਡ ਦੇ ਸਰਪੰਚ ਸੀ ਯਾਨੀ ਕਿ ਪੂਰੀ ਉੱਥੇ ਖੁੱਲੇ ਮਾਹੌਲ ਦੇ ਵਿੱਚ ਮੈਂ ਜੰਮਿਆ ਪਲ ਪਰ ਜਦੋਂ ਪਿੰਡ ਸੀਗਾ ਪਿੰਡ ਸਾਡੇ ਮਤਲਬ ਅਸੀਂ ਬਹੁਤ ਇੱਕ ਛੋਟੇ ਜ਼ਿਮੀਂਦਾਰ ਡੇਢ ਕਿੱਲਾ ਜ਼ਮੀਨ ਸੀ ਟੈਕਸੀ ਚਲਾਉਂਦੇ ਸੀ ਪਾਪਾ ਉਹਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲ ਉਦੋਂ ਡੇਢ ਕਿੱਲੇ ਦੀ ਕੋਈ ਵੈਲਿਊ ਨਹੀਂ ਸੀ ਕੀ ਹੁੰਦਾ ਸੀ ਪੱਟੇ ਹੁੰਦੇ ਸੀ ਖੇਤ ਦੇ ਵਿੱਚ ਝੋਨਾ ਨਹੀਂ ਸੀ ਬੀਜ ਸਕਦੇ ਕਣਕ ਸੀ ਜਾਂ ਬਸ ਦੋ ਤਿੰਨ ਚੀਜ਼ਾਂ ਖੇਤੀ ਨਾਲ ਗੁਜ਼ਾਰਾ ਨਹੀਂ ਸੀ ਹੁੰਦਾ ਮੋਟਰ ਵੀ ਨਹੀਂ ਸੀ ਖੇਤ 'ਚ ਇੰਜਣ ਲੱਗਿਆ ਹੋਇਆ ਸੀ ਬਾਪੂ ਅਮਰੁੱਤੀ ਬੈਨ ਸੀ ਸਾਡੇ ਕੋਲੇ ਉਹ ਚਲਾ ਕੇ ਦੂਜੇ ਦੋਨੇ ਛੋਟੇ ਭਰਾਵਾਂ ਨੂੰ ਪਾਲਦੇ ਸੀ ਜੀ ਜਦੋਂ ਮਾਦਰ ਸਾਹਿਬ ਦੀ ਡੈਥ ਹੋਈ ਬਿਮਾਰ ਹੋਏ ਜੋ ਉਹਨਾਂ ਨੇ ਕਮਾਇਆ ਸੀ ਉਹ ਵੀ ਸਭ ਕੁਝ ਉਹਨਾਂ ਦੇ ਨਾਲ ਹੀ ਲੱਗ ਗਿਆ ਉਹਨਾਂ ਨੇ ਜਿਹੜਾ ਪੌਣਾ ਕਿਲਾ ਲਿਆ ਸੀ ਜ਼ਮੀਨ ਉਹ ਵੀ ਵੇਚ ਕੇ ਸੀ ਉਹਨਾਂ ਦੇ ਲਾਤਾ ਮਤਲਬ ਘਰੋਂ ਬਹੁਤ ਤਕਲੀਫ ਚ ਰਹੇ ਆ ਜੀ ਗਰੀਬੀ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਜੀ ਛੋਟੇ ਭਰਾ ਨੇ ਮੇਰੇ ਨੇ ਅਪ੍ਰੀਤ ਸਿੰਘ ਅੱਜ ਬਾਹਰ ਆ ਉਹਨੇ ਪਾਪਾ ਵਾਲੀ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਟੈਕਸੀ ਉਹ ਟੈਕਸੀ ਸਟੈਂਡ ਤੇ ਤੜਕਿਓਂ ਜਾਂਦਾ ਸਾਰਾ ਸਾਰਾ ਦਿਨ ਫਿਰ ਅਸੀਂ ਟਾਟਾ ਸਮੋ ਗੱਡੀ ਲੈ ਲਈ ਕਿਸ਼ਤਾਂ ਤੇ ਫਿਰ ਉਹ ਟਾਟਾ ਸਮੋ ਚਲਾਉਣ ਲੱਗ ਗਿਆ 14 ਸਾਲ ਜੀ ਫਿਰ ਮੈਂ ਵੱਡਾ ਸੀ ਵਿਆਹ ਮੇਰਾ ਹੋ ਗਿਆ ਵੱਡੇ ਦਾ ਹੋਣ ਕਰਕੇ ਘਰ ਤੋਂ ਪਤਾ ਪਿੰਡਾਂ ਚ ਜ਼ਬਰਦਸਤੀ ਕਰਨ ਲੱਗ ਗਏ ਨੇ ਵੀ ਹੁਣ ਤੂੰ ਵੱਡਾ ਵਾ ਮਾਂ ਨੂੰ ਸਪੋਰਟ ਕੌਣ ਕਰੂਗਾ ਮੇਰੀ ਮੈਰਿਜ ਕਰ ਦਿੱਤੀ ਗਈ ਮੇਰੇ ਬੱਚਿਆਂ ਨੂੰ ਵੀ ਮੇਰੇ ਛੋਟੇ ਭਰਾਵਾਂ ਨੇ ਪਾਲਿਆ ਜੀ ਐਵੇਂ ਜੂਟ ਉਹੀ ਕਮਾਈ ਕਰਦੇ ਸੀ ਬੱਚੇ ਤੁਹਾਡੇ ਨਾਲ ਰਹਿੰਦੇ ਹੁਣ ਹਾਂਜੀ ਮੇਰੀ ਬੇਟੀ ਆ ਇੱਕ ਮੇਰਾ ਬੇਟਾ ਵਾ ਇੱਕ ਹੁਣ ਤਾਂ ਬਹੁਤ ਬੇਟੀਆਂ ਬਹੁਤ ਬੇਟੇ ਆ ਪਰਿਵਾਰ ਬਹੁਤ ਵੱਡਾ ਹੋ ਗਿਆ ਤੇ ਸਮੇਂ ਦੇ ਨਾਲ ਨਾਲ ਜਿਵੇਂ ਬੱਚੇ ਵਧੀਆ ਗਵਰਨਮੈਂਟ ਸਕੂਲ ਚ ਪੜਾਏ ਸੇ ਲੁਧਿਆਣੇ ਸਾਡੇ ਬੀਆਰਐਸ ਨਗਰ ਗਵਰਨਮੈਂਟ ਸਕੂਲ ਚ ਪੜਦੇ ਸੀ ਬੱਚੇ ਸਮੇਂ ਦੇ ਨਾਲ ਅਸੀਂ ਬਹੁਤ ਮਿਹਨਤ ਵੀ ਕੀਤੀ ਵੈਗਰੂ ਨੇ ਸਾਡੇ ਘਰ ਦੇ ਵਿੱਚ ਅੱਜ ਕਿਸੇ ਚੀਜ਼ ਦੀ ਟੋਟ ਨਹੀਂ ਰੱਖੀ ਅੱਜ ਜਿਹੜੀ ਸੇਵਾ ਅਸੀਂ ਕਰ ਰਹੇ ਹਾਂ ਇਹ ਕੋਈ ਪਿਛਲੇ ਕਰਮਾਂ ਦਾ ਹੀ ਸਾਡਾ ਕੋਈ ਸੀਗਾ ਮੈਂ ਨਹੀਂ ਮੰਨਦਾ ਵੀ ਮੈਂ ਆਪਣੀ ਜ਼ਿੰਦਗੀ ਚ ਆਹ ਕਰਮਾਂ ਦੇ ਵਿੱਚ ਕੋਈ ਅਜਿਹੇ ਜਿਹਾ ਕਰਮ ਕੀਤਾ ਸੀ ਵੀ ਜਿਹੜੀ ਐਡੀ ਸੇਵਾ ਕਰ ਸਕਦੇ ਨਾ ਸਾਡੀ ਸੋਚ ਸੀਗੀ ਸਾਡੀ ਤਾਂ ਸੋਚ ਮੈਂ ਜ਼ਿੰਦਗੀ ਚ ਕਦੇ ਜੌਬ ਨਹੀਂ ਕਰ ਸਕਿਆ ਮੈਨੂੰ ਬਹੁਤ ਮੈਨੂੰ ਪਾਪਾ ਨੇ ਫੌਜ ਚ ਭਰਤੀ ਕਰਾਤਾ ਸੀ ਅਸੀਂ ਅਹਮਦਾਬਾਦ ਕਰੀਬ ਡੇਢ ਮਹੀਨਾ ਟ੍ਰੇਨਿੰਗ ਚ ਗਏ ਜਿੱਦਨ ਉਹਨਾਂ ਨੇ ਲਾਸਟ ਦਿਨ ਸਾਨੂੰ ਕਹਤਾ ਵੀ ਤੁਹਾਡੀ ਭਰਤੀ ਹੋ ਗਈ ਅੱਜ ਤੁਹਾਡੇ ਸਰਟੀਫੀਕੇਟ ਜਮ੍ਹਾਂ ਹੋਣੇ ਆ ਰਾਤ ਨੂੰ 12 ਵਜੇ ਅਸੀਂ ਚਾਰ ਜਣੇ ਉੱਥੋਂ ਭੱਜ ਆਏ ਸੀ ਕਿਹੜੇ ਸਾਲ ਦੀ ਗੱਲ ਹੈ ਇਹ 94 ਜਾਂ 95 ਉਹ 2016 ਤੋਂ ਸਾਰਾ ਪਹਿਲਾਂ ਘਟਨਾਕ੍ਰਮ ਹੋ ਗਿਆ ਹਾਂ ਸਾਰਾ 2016 ਤੱਕ ਦਾ ਮਤਲਬ ਅਸੀਂ ਇੱਕ ਮੰਨ ਲਓ ਲੁਧਿਆਣਾ ਸ਼ਹਿਰ ਦੇ ਵਿੱਚ ਦਫ਼ਤਰ ਸੀ ਸਾਡਾ ਉੱਥੇ ਕੋਠੀ ਲਈ ਹੋਈ ਸੀ ਅਸੀਂ 5-7 ਜਾਣੇ 10 ਜਾਣੇ ਦਾ ਗਰੁੱਪ ਸੀ ਵਧੀਆ ਉੱਥੇ ਰਹਿੰਦੇ ਸੀ ਸਾਡਾ ਪੂਰਾ ਕੰਮ ਕਰ ਵਧੀਆ ਚੱਲਦਾ ਸੀ ਅਸੀਂ ਤਾਂ ਕਦੇ ਸੋਚ ਵੀ ਨਹੀਂ ਸਕਦੇ ਸੀ ਵੀ ਅਸੀਂ ਆਹ ਸੇਵਾ ਕਰਾਂਗੇ ਕਦੇ ਜਾਂ ਇਸ ਪਾਸੇ ਨੂੰ ਮਨ ਜਾਊਗਾ ਕਿਤੇ ਤੇ ਸਮੇਂ ਨੇ ਐਸੀ ਟਰਨਿੰਗ ਪੁਆਇੰਟ ਲਿਆਂਦਾ ਜ਼ਿੰਦਗੀ ਦੇ ਵਿੱਚ 2016 ਤੋਂ ਬਾਅਦ ਜਨਮ ਮਤਲਬ ਜਿਵੇਂ ਮੈਂ ਦੱਸਿਆ ਮੇਰੇ ਸਿਲ ਤੇ ਸਾਨੂੰ ਐਂ ਲੱਗਦਾ ਵੀ 2016 ਤੋਂ ਬਾਅਦ ਹੋਇਆ ਉਸ ਤੋਂ ਪਹਿਲਾਂ ਵਾਲੀ ਜ਼ਿੰਦਗੀ ਦੇ ਵਿੱਚ ਕੋਈ ਐਜੀ ਖਾਸ ਨਹੀਂ ਸੀ ਜੇ ਵੀ ਅਸੀਂ ਕੁਝ ਕਈਏ ਵੀ ਅਸੀਂ ਆਪਣੀ ਜ਼ਿੰਦਗੀ 'ਚ ਹੋਸ਼ਕੀਤ ਚਲੋ ਆਪਾਂ ਹੋਰ ਥੋੜੇ ਜਿਹਾ ਸਵਾਲ ਮੈਂ ਪੁੱਛੂੰਗਾ ਪਰ ਮੇਰੇ ਜਿਹੜੇ ਸਹਿਯੋਗੀਆਂ ਨਾਲ ਉਹ ਵੀ ਲਗਾਤਾਰ ਜੁੜੇ ਹੋਏ ਆ ਮੈਂ ਕੋਸ਼ਿਸ਼ ਕਰਦਾ ਕਿ ਇਹ ਉਹਨਾਂ ਨਾਲ ਮੈਂ ਗੱਲਬਾਤ ਕਰ ਸਕਾਂ ਤੁਹਾਡੇ ਨਾਲ ਇਨਫੈਕਟ ਬਹੁਤ ਸਾਰੇ ਮਵਨੀਸ਼ ਤੋਂ ਸ਼ੁਰੂਆਤ ਕਰਦਾ ਹਾਂ ਆ ਹੌਪਫੁਲੀ ਬਹੁਤ ਸਾਰੇ ਸਵਾਲ ਇਹਨਾਂ ਕੋਲ ਵੀ ਹੋਣਗੇ ਵਿਨੇਸ਼ ਮਿੰਟੂ ਜੀ ਗੌਰਵ ਨੇ ਕਾਫੀ ਡਿਟੇਲ ਵਿੱਚ ਚਰਚਾ ਕੀਤੀ ਤੁਸੀਂ ਡਿਟੇਲ ਵਿੱਚ ਦੱਸਿਆ ਵੀ ਕਦੋਂ ਸ਼ੁਰੂ ਹੋਇਆ ਕਿਵੇਂ ਇੱਕ ਕਾਮਨ ਕੁਐਸਚਨ ਹਰੇਕ ਲੇਮਨ ਦੇ ਮਨ ਚ ਆਉਂਦਾ ਜਦੋਂ ਤੁਸੀਂ ਕੁਛ ਐਓ ਜੀ ਐਨਜੀਓ ਵਗੈਰਾ ਚਲਾਣੇ ਹੋ ਕੀ ਫਾਈਨੈਂਸਿਸ ਇਹਨਾਂ ਦਾ ਖਰਚਾ ਕਿੱਥੋਂ ਆਂਦਾ ਹੈ ਜਿਹੜੀ ਜ਼ਮੀਨ ਤੇ ਤੁਸੀਂ ਚਲਾ ਰਹੇ ਹੋ ਤੁਹਾਡੀ ਆਪ ਦੀ ਹੈ ਕਿਸੇ ਨੇ ਹੈਲਪ ਕੀਤੀ ਹੈ ਜਾਂ ਗਵਰਨਮੈਂਟ ਦੀ ਐਡ ਤੁਸੀਂ ਲੈ ਰਹੇ ਹੋ ਸੋਰਸ ਆਫ ਇਨਕਮ ਕੀ ਹੈ ਖਰਚਾ ਕਿੱਥੋਂ ਆਂਦਾ ਹੈ ਇਹਨਾਂ ਦਾ ਪਹਿਲਾ ਸਵਾਲ ਤਾਂ ਇਹ ਦੂਸਰਾ ਮੇਰੇ ਸਹਿਯੋਗੀ ਜਤਿੰਦਰ ਨੇ ਮੈਨੂੰ ਇਹ ਸਵਾਲ ਦੱਸਿਆ ਬੜਾ ਇੰਟਰਸਟਿੰਗ ਕੁਐਸਚਨ ਹੈ ਉਹਨਾਂ ਦਾ ਜਦੋਂ ਤੁਸੀਂ ਐਓ ਜੇ ਮੰਨ ਲਓ ਕਿਸੇ ਹਿਊਮਨ ਨੂੰ ਰੈਸਕਿਊ ਕਰਦੇ ਹੋ ਕਿਸੇ ਦੇ ਕੀੜੇ ਪਏ ਐ ਕੋਈ ਕਿਸੇ ਦੀ ਕੋਈ ਬਾਡੀਪਾਰਟ ਕੱਟਣ ਵਾਲਾ ਵੱਢਣ ਵਾਲਾ ਉਹਦੇ ਵਿੱਚ ਲੀਗਲ ਹਰਡਲਸ ਵੀ ਬੜੀਆਂ ਆਉਂਦੀਆਂ ਕਾਨੂੰਨੀ ਪੇਚੀਦਗੀਆਂ ਉਹਨਾਂ ਨਾਲ ਤੁਸੀਂ ਕਿਵੇਂ ਟੈਕਲ ਕਰਦੇ ਹੋ ਇਹ ਦੋ ਸਵਾਲ ਹੈ ਜੀ ਮੇਰੇ ਇਦਾਂ ਜੀ ਬੀਰ ਜੀ ਗੱਲ ਜਦੋਂ ਉਹ ਸੇਵਾ ਸ਼ੁਰੂ ਹੋਈ ਟਾਬੇ ਤੋਂ ਸਾਡੇ ਮੈਨੂੰ ਯਾਦ ਆ ਪਹਿਲੀ ਵਾਰੀ ਹਾਂਗਕਾਂਗ ਤੋਂ ਸੀ ਵੀਰਾ ਮੇਰੇ ਕੋਲ ਅਜੇ ਰਸੀਦ ਵੀ ਸੰਭੀ ਹੋਈ ਆ ਉਹਨੇ 11000 ਰੁਪਏ ਸਾਨੂੰ ਨਾ ਭੇਜਿਆ ਤੇ ਪਰਚੀ ਭੇਜਦੀ ਵਟਸਐਪ ਤੇ ਵੀ ਇਹ ਜਾ ਕੇ ਤੁਸੀਂ ਮਨੀਗ੍ਰਾਮ ਤੋਂ ਪੈਸੇ ਲੈ ਲਓ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬਾਈ ਵੀ ਤੂੰ ਕਾਹਦੇ ਲਈ ਪੈਸੇ ਭੇਜ ਰਿਹਾ ਉਹ ਕਹਿੰਦਾ ਮੈਂ ਤੁਹਾਨੂੰ ਨਹੀਂ ਭੇਜਿਆ ਮੈਂ ਤੁਹਾਡੀਆਂ ਫੋਟੋਆਂ ਦੇਖੀਆਂ ਵੀ ਉਹਨੂੰ ਭੇਜਿਆ ਵੀ ਉਹ ਬੰਦੇ ਦਾ ਇਲਾਜ ਹੋ ਜਾਊਗਾ ਤਾਂ ਉਹ 11000 20 ਰੁਪਏ ਜਦੋਂ ਅਸੀਂ ਜਾ ਕੇ ਲੈ ਕੇ ਆਏ ਮੈਂ ਉਸ ਦਿਨ 슈ਗਰ ਚੈੱਕ ਕਰਨ ਵਾਲੀ ਮਸ਼ੀਨ ਬੀਪੀ ਚੈੱਕ ਕਰਨ ਵਾਲੀ ਮਸ਼ੀਨ ਖਰੀਦ ਕੇ ਲੈ ਕੇ ਆਇਆ ਹੋਰ ਸਮਾਨ ਲਿਆਇਆ ਉਸ ਦਿਨ